ਇਹ ਕਿ ਇੱਕਦਮ ਆਕਸੀਜਨ ਦੀ ਘਾਟ ਆਣੀ ਜਿਹਦੇ ਕਰਕੇ ਮੌਤ ਦਰ ਦੇ ਵਿੱਚ ਨਵਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਬੰਦੇ ਨੂੰ ਸਿਰਫ ਇੱਕ ਆਕਸੀਜਨ ਦੀ ਵਜ੍ਹਾ ਨਾਲ ਡੈਥ ਕੌਜ਼ ਆਫ ਡੈਥ ਇਹ ਨਾ ਹੋਏ ਕਿ ਬੰਦੇ ਨੂੰ ਆਕਸੀਜਨ ਖਤਮ ਇਹ ਜੋਹੋਂ ਗਿਣਤੀ ਤਕਰੀਬਨ 2000 ਚੱਲਦੀ ਏ ਉਹ ਗਿਣਤੀ ਵੱਧ ਕੇ 6500 ਹੋ ਸਕਦੀ ਹੈ ਕੀ ਇਸ ਤੇ ਕਾਬੂ ਪਾਇਆ ਜਾ ਸਕਦਾ ਸਾਡੇ ਇਸ ਟਾਈਮ ਦੇ ਪ੍ਰੈਜ਼ੈਂਟ ਕੇਸ 2 ਤੋਂ 2.5 ਲੱਖ ਹੈਗੇ ਆ ਜਿਹੜੇ ਐਕਟਿਵ ਕੇਸ ਆ ਜਾਂਦੇ ਆ ਡੇਲੀ ਬੇਸਿਸ ਤੇ ਤੇ ਡੈਥ ਰੇਟ ਹੈਗਾ ਉਹੀ 2 ਤੋਂ 2.5 ਹਜ਼ਾਰ ਸਭ ਤੋਂ ਪਹਿਲੇ ਮਾਸਕ ਛੱਡੇ ਫਿਰ ਅਸੀਂ ਸੋਸ਼ਲ ਡਿਸਟੈਂਸਿੰਗ ਛੱਡੀ ਤੀਸਰਾ ਅਸੀਂ ਇਹ ਪਰਹੇਜ਼ ਕਰਨਾ ਛੱਡਤਾ ਕਿ ਅਸੀਂ ਕਿਤੇ ਜਾਣਾ ਹੈ ਅਸੀਂ ਗੈਦਰਿੰਗਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੰਡੀਅਨਸ ਨੂੰ ਆਦਤ ਹੈ ਚਲੋ ਖੁਸ਼ੀ ਮਨਾਣੀ ਚਾਹੀਦੀ ਹੈ ਬਟ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੀ ਇੱਕ ਖੁਸ਼ੀ ਨਾਲ ਕਿਸੇ ਦੇ ਘਰ ਚ ਮਾਤਮ ਨਾ ਚਲਾ ਜਾਏ ਤੇ ਕਰੋਨਾ ਦੇ ਖਤਰੇ 'ਚ ਹੈਗੇ ਆ ਸਪੋਜ਼ ਸਾਨੂੰ ਕਰੋਨਾ ਹੈ ਅਸੀਂ ਹੋਰ 10 ਬੰਦਿਆਂ ਨੂੰ ਖਤਰੇ 'ਚ ਪਾ ਰਹੇ ਹਾਂ ਤਾਂ ਮਾਸਕ ਸੈਨੀਟਾਈਜ਼ੇਸ਼ਨ ਸੋਸ਼ਲ ਡਿਸਟੈਂਸਿੰਗ ਇਹ ਤਿੰਨ ਚੀਜ਼ਾਂ ਪਲੀਜ਼ ਮੇਨਟੇਨ ਕਰੋ ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਨ ਸਿੰਘ ਪੰਗੋ ਸਵਾਗਤ ਕਰਦਾ ਦਰਸ਼ਕੋ ਜੋ ਕਰੋਨਾ ਦੇ ਲੈ ਕੇ ਹਾਲਾਤ ਬਣੇ ਹੋਏ ਨੇ ਹਾਲਾਤ ਐ ਗੰਭੀਰ ਬਣੇ ਹੋਏ ਨੇ ਲਗਾਤਾਰ ਸਰਕਾਰ ਵੀ ਹਦਾਇਤਾਂ ਕਰ ਰਹੀ ਹੈ ਕਿ ਤੁਸੀਂ ਆਪਣਾ ਬਚਾਅ ਕਰੋ ਕਿਉਂਕਿ ਇੱਕ ਸਾਲ ਤੋਂ ਉੱਤ ਦਾ ਸਮਾਂ ਹੋ ਗਿਆ ਫਿਲਹਾਲ ਵੈਕਸੀਨ ਦੇ ਇਲਾਵਾ ਇਸ ਦਾ ਕੋਈ ਅਜੇ ਤੱਕ ਉਪਰਾਲਾ ਸੰਭਵ ਨਹੀਂ ਹੋ ਪਾਇਆ ਤੇ ਇਸ ਨਾਲ ਇੱਕ ਜੁੜਦੀ ਗੱਲ ਹੋਰ ਆਕਸੀਜਨ ਦੀ ਘਾਟ ਹੈ ਜਿਦੇ ਕਰਕੇ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਦੇਖਿਆ ਹੋਊਗਾ ਕਿ ਲਗਾਤਾਰ ਗਿਣਤੀ ਮੌਤਾਂ ਦਾ ਵਧੇ ਜਾ ਰਹੀ ਤੇ ਇਸੇ ਮਾਮਲੇ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਆਯੁਰਵੈਦਿਕ ਡਾਕਟਰ ਡ ਕੇ ਕਿ ਜੋ ਹਾਲਾਤ ਬਣੇ ਹੋਏ ਨੇ ਕਰੋਨਾ ਲੈ ਕੇ ਆਕਸੀਜਨ ਦੀ ਘਾਟ ਆਖਰ ਕੀ ਇਹ ਸਰਕਾਰ ਦੀ ਨਲਾਕੀ ਹੈ ਕੀ ਪ੍ਰਸ਼ਾਸਨ ਦੀ ਨਲਾਕੀ ਹੈ ਆਖਰ ਇਹ ਘਾਟ ਕਿਉਂ ਆਈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕਟਰ ਧੰਨਵਾਦ ਜੀ ਜਿਸ ਤਰ੍ਹਾਂ ਤੁਸੀਂ ਕੁਐਸਚਨ ਪੁੱਛਿਆ ਕਿ ਕਰੋਨਾ ਦੇ ਹਾਲਾਤ ਜਿਸ ਤਰ੍ਹਾਂ ਬੁਰੇ ਬਣੇ ਹੋਏ ਹੈ ਤੇ ਪਹਿਲੀ ਤਾਂ ਇਹ ਗੱਲ ਹੈਗੀ ਹੈ ਕਿ ਆਪਣੀ ਮੈਨੇਜਮੈਂਟ ਕਰਨਾ ਕਿਉਂਕਿ ਇੱਕਦਮ ਕਰੋਨਾ ਫੈਲਿਆ ਹੈ ਜਿਸ ਵਾਸਤੇ ਅਸੀਂ ਤਿਆਰ ਨਹੀਂ ਸੀਗੇ ਕਿਉਂਕਿ ਅਸੀਂ ਇਹ ਸੋਚਿਆ ਸੀਗਾ ਕਿ ਪਹਿਲੀ ਲੇਅਰ ਖਤਮ ਹੋ ਗਈ ਹੈ ਤਾਂ ਸ਼ਾਇਦ ਦੂਸਰੀ ਲੇਅਰ ਇੰਡੀਆ ਚ ਆਏਗੀ ਨਹੀਂ ਪਰ ਸਾਨੂੰ ਬਾਹਰ ਦੇ ਦੇਸ਼ਾਂ ਤੋਂ ਸਬਕ ਲੈਣਾ ਚਾਹੀਦਾ ਸੀ ਜਿਨ੍ਹਾਂ ਚ ਦੂਸਰੀ ਲੇਅਰ ਨੇ ਬਹੁਤ ਵੱਡਾ ਕਹਿਰ ਕੀਤਾ ਹੈ ਔਰ ਸੇਮ ਹੁਣ ਹਾਲਾਤ ਬਨੇ ਹੋਇਆ ਇੰਡੀਆ ਚ ਠੀਕ ਹੈ ਔਰ ਉਸ ਇਨ ਹਾਲਾਤਾਂ ਚ ਸਭ ਤੋਂ ਜ਼ਿਆਦਾ ਕਮੀ ਆ ਰਹੀ ਹੈ ਸਾਨੂੰ ਆਕਸੀਜਨ ਦੀ ਕਿਉਂ ਕਿ ਕਿਉਂਕਿ ਅਸੀਂ ਆਕਸੀਜਨ ਨੂੰ ਇੱਕ ਇਸ ਤਰ੍ਹਾਂ ਐਸਿਡ ਦੀ ਤਰ੍ਹਾਂ ਸੰਭਾਲ ਕੇ ਰੱਖ ਲਿਆ ਅਸੀਂ ਉਦਯੋਗਿਕ ਖੇਤਰ ਨੇ ਸਭ ਤੋਂ ਪਹਿਲੇ ਆਪਣੀ ਰਿਕੁਆਇਰਮੈਂਟਸ ਪੂਰੀਆਂ ਕੀਤੀਆਂ ਫਿਰ ਉਹਦੇ ਬਾਅਦ ਪੇਸ਼ੈਂਟਸ ਤੇ ਗੱਲ ਆਈ ਠੀਕ ਹੈ ਹੁਣ ਜਿਹੜੀ ਖਪਤ ਤੁਸੀਂ ਇਹ ਮੰਨ ਲਓ ਕਿ ਅੱਜ ਦੇ ਆંકੜੇ ਹੈਗੇ ਆ ਨਿਊਜ਼ ਚ ਆ ਰਹੇ ਆ ਕਿ 23% ਖਪਤ ਆਕਸੀਜਨ ਦੀ ਮੰਗ ਵੱਧ ਗਈ ਹੈ ਤੋ ਇੱਕਦਮ 23% ਵਧੀ ਹੈ ਤੇ ਤੁਹਾਨੂੰ ਉਹਦੀ ਉੱਪਰ ਜੀਆਂ ਕਹਿ ਲਓ ਵੀ ਜੋ ਉਹਦੀ ਟਰੈਵਲਿੰਗ ਹੈਗੀ ਹੈ ਕਿ ਜਿਸ ਜਗ੍ਹਾ ਤੋਂ ਬਣ ਰਹੀ ਹੈ ਲਿਕੁਇਡ ਆਕਸੀਜਨ ਤੇ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਅਗਰ ਉਹ ਟਰੈਵਲਿੰਗ ਪੂਰੀ ਨਹੀਂ ਆ ਉਹ ਚੇਨ ਪ੍ਰੋਪਰ ਨਹੀਂ ਕੰਮ ਕਰੇਗੀ ਤੇ ਡੈਫੀਨੇਟਲੀ ਅਸਰ ਪੇਸ਼ੈਂਟਸ ਤੇ ਹੀ ਆਏਗਾ ਉਹੀ ਮਰਨਗੇ ਵਿਚਾਰੇ ਤੋ ਜਿਵੇਂ ਲਗਾਤਾਰ ਆਕਸੀਜਨ ਦੀ ਘਾਟ ਦੱਸਿਆ ਜਾ ਰਹੀ ਹੈ ਤਾਂ ਆਖਰ ਕੀ ਮਿਸਮੈਨੇਜਮੈਂਟ ਹੈ ਘਾਟ ਕਿੱਥੇ ਆਈ ਕਿ ਇੱਕਦਮ ਆਕਸੀਜਨ ਦੀ ਘਾਟ ਆਣੀ ਜਿਸ ਦੇ ਕਰਕੇ ਮੌਤ ਦਰ ਦੇ ਵਿੱਚ ਇਹਨਾਂ ਵਾਧਾ ਹੋਇਆ ਇਹਨੂੰ ਮੈਂ ਕਹਾਂਗੀ ਡਿਮਾਂਡ ਤੇ ਸਪਲਾਈ ਦਾ ਗੈਪ ਠੀਕ ਸਾਡੇ ਕੋ ਪਹਿਲੇ ਸਪਲਾਈ ਉਨੀ ਸੀਗੀ ਜਿੰਨੀ ਸਾਡੀ ਡਿਮਾਂਡ ਹੁੰਦੀ ਸੀ ਬਟ ਹੁਣ ਇਹ ਹੈ ਕਿ ਇੱਕਦਮ ਡਿਮਾਂਡ ਵਧੀ ਹੈ ਸਪਲਾਈ ਚੈਨਲ ਉਨਾ ਹੈ ਨਹੀਂ ਹੁਣ ਇਸ ਚੀਜ਼ 'ਚ ਸਰਕਾਰ ਦਾ ਕੰਮ ਡੈਫੀਨੇਟਲੀ ਹੁੰਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਅੱਗੇ ਆ ਕੇ ਇਸ ਚੀਜ਼ ਨੂੰ ਸੰਭਾਲੇ ਹੁਣ ਸੰਭਾਲਨ 'ਚ ਇਹ ਹੈਗਾ ਕਿ ਜਿੰਨੇ ਵੀ ਸਾਧਨ ਸੀਗੇ ਸਰਕਾਰ ਕੋਲ ਸਰਕਾਰ ਨੂੰ ਪਹਿਲੇ ਇੱਕ ਵਾਰੀ ਸਾਰੇ ਸਾਧਨ ਇਕੱਠੇ ਕਰਨੇ ਚਾਹੀਦੇ ਸੀ ਇਹ ਨਹੀਂ ਹੋਣਾ ਚਾਹੀਦਾ ਕਿ ਪਹਿਲੇ ਹੀ ਅਸੀਂ ਵੰਡਣ ਨੂੰ ਸੋਚੀਏ ਪਹਿਲੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਹੈ ਕੀ ਕਿਉਂਕਿ ਜਿੰਨਾ ਅਸੀਂ ਇਹ ਸੋਚਾਂਗੇ ਵੀ ਸਾਡੇ ਕੋਲ ਹੈ ਕੀ ਫਿਰ ਅਸੀਂ ਉਸੇ ਹਿਸਾਬ ਨਾਲ ਰਿਕੁਆਇਰਮੈਂਟ ਦੇ ਹੁਣ ਦੇਖੋ ਹਰ ਜਗਾਹ 'ਚ ਐਨੀ ਰਿਕੁਆਇਰਮੈਂਟ ਨਹੀਂ ਹੈ ਜਿੰਨੀ ਕੁਝ ਖੇਤਰਾਂ 'ਚ ਹੈਗੀ ਆ ਹੁਣ ਮੈਂ ਐਗਜ਼ਾਮਪਲ ਦੇ ਸਕਦੀ ਆ ਦਿੱਲੀ ਮਹਾਰਾਸ਼ਟਰ 'ਚ ਬਹੁਤ ਖਪਤ ਵਧੀ ਪਈ ਹੈ ਕਿਉਂ ਕਿਉਂਕਿ ਕੁਝ ਤਾਂ ਲੋਕਾਂ ਨੇ ਖੁਦ ਵੀ ਪੈਨਿਕ ਹੋ ਗਏ ਬਿਕਾਜ਼ ਕਬਰਾਟ ਹੁੰਦੀ ਹੈ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਬੰਦੇ ਨੂੰ ਸਿਰਫ ਇੱਕ ਆਕਸੀਜਨ ਦੀ ਵਜ੍ਹਾ ਨਾਲ ਡੈਥ ਕੌਜ਼ ਆਫ ਡੈਥ ਇਹ ਨਾ ਹੋਏ ਕਿ ਬੰਦੇ ਨੂੰ ਆਕਸੀਜਨ ਖਤਮ ਹੋ ਗਈ ਠੀਕ ਹੈ ਤੇ ਇਸ ਕੋਸ਼ਿਸ਼ ਚ ਕੀ ਕਰ ਰਿਹਾ ਕਿ ਹਰ ਇਨਸਾਨ ਆਪਣੀ ਕੋਸ਼ਿਸ਼ ਨੂੰ ਲੱਗ ਗਿਆ ਸਰਕਾਰ ਤਾਂ ਲੱਗੀ ਹੈ ਇੱਕ ਪੈਰਲਲ ਕੋਸ਼ਿਸ਼ ਲੱਗੀ ਹੈ ਜੋ ਇੱਕ ਕੈਲੋਬਿਕ ਘਰੇਲੂ ਕੋਸ਼ਿਸ਼ ਹੈ ਆਪਣੀ ਆਪਣੀ ਹੁਣ ਮੇਰੇ ਕੋਲ ਮੈਂ ਅਫੋਰਡ ਕਰ ਸਕਦੀ ਹਾਂ ਤੇ ਮੈਂ ਸੋਚਾਂਗੀ ਕਿ ਮੇਰਾ ਪੇਸ਼ੈਂਟ ਬਿਮਾਰ ਹੋਏ ਨਾ ਹੋਏ ਮੈਂ ਇੱਕ ਸਿਲੰਡਰ ਆਪਣਾ ਬੁੱਕ ਕਰ ਲਵਾਂ ਉਹ ਉਹ ਸਿਲੰਡਰ ਕੀ ਹੋ ਗਿਆ ਉਹ ਚੇਨ ਤੋਂ ਬਾਹਰ ਆ ਗਿਆ ਉਹ ਨਾ ਖਾਲੀ ਹੋਇਆ ਨਾ ਉਹ ਭਰਿਆ ਉਹ ਇੱਕ ਜਗ੍ਹਾ ਤੇ ਸਾਈਡ ਤੇ ਹੋ ਗਿਆ ਜਿਹੜੀ ਇਹ ਟਰੈਕਿੰਗ ਆਫ ਸਿਲੰਡਰਸ ਹੈ ਨਾ ਸਭ ਤੋਂ ਪਹਿਲੇ ਇਹ ਹੋਣੀ ਚਾਹੀਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਕੋ ਕਿੰਨੇ ਸਿਲੰਡਰ ਹੈ ਤੇ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਤੇ ਕਿਹਨੂੰ ਕਿਹਨੂੰ ਲੋੜ ਹੈ ਤੇ ਕਿੱਥੇ ਕਿੱਥੇ ਉਹ ਪਹੁੰਚਨੇ ਚਾਹੀਦੇ ਔਰ ਇਹ ਕੰਮ ਸਰਕਾਰ ਹੀ ਕਰ ਸਕਦੀ ਹੈ ਜਿਵੇਂ ਕਰੋਨਾ ਦੇ ਵੀ ਕੇਸ ਵਧ ਰਹੇ ਨੇ ਦਿਨੋਂ ਦਿਨਾਂ ਤੇ ਇੱਕ ਯੂਐਸਏ ਦੇ ਵਿੱਚੋਂ ਰਿਪੋਰਟ ਸਟਡੀ ਮਾਰਨ ਦੀ ਰਿਪੋਰਟ ਸਾਰ ਕੀਤੀ ਹੈ ਕਿ ਵੀ ਭਾਰਤ ਦੇ ਵਿੱਚ ਖਾਸ ਕਰਕੇ ਮਈ ਦੇ ਅੱਧ ਵਿੱਚ ਜਾ ਕੇ ਇਹ ਜੋ ਮਾਤਾਂ ਦੀ ਗਿਣਤੀ ਕਿਹਦਾ ਵਾਜੂਗੀ ਜੇਕਰ ਕੇਸਾਂ ਦੀ ਗੱਲ ਕੀਤੀ ਜਾਵੇ ਤਕਰੀਬਨ 8 ਤੋਂ 10 ਲੱਖ ਪ੍ਰਤੀ ਦਿਨ ਕੇਸ ਆ ਸਕਦੇ ਨੇ ਭਾਰਤ ਦੇ ਵਿੱਚ ਤੇ ਜੋ ਹੁਣ ਗਿਣਤੀ ਤਕਰੀਬਨ 2000 ਚੱਲਦੀ ਏ ਉਹ ਗਿਣਤੀ ਵੱਧ ਕੇ 6500 ਹੋ ਸਕਦੀ ਏ ਕੀ ਇਸ ਤੇ ਕਾਬੂ ਪਾਇਆ ਜਾ ਸਕਦਾ ਜੀ ਬਿਲਕੁਲ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਲੋ ਵੀ ਸਾਡੇ ਇਸ ਟਾਈਮ ਦਾ ਪ੍ਰੈਜ਼ੈਂਟ ਕੇਸ 2 ਤੋਂ 2.5 ਲੱਖ ਹੈਗੇ ਜਿਹੜੇ ਐਕਟਿਵ ਕੇਸ ਆ ਜਾਂਦੇ ਆ ਡੇਲੀ ਬੇਸਿਸ ਤੇ ਤੇ ਡੈਥ ਰੇਟ ਹੈਗਾ ਉਹੀ 2 ਤੋਂ 2.5 ਹਜ਼ਾਰ ਸਾਨੂੰ ਇਹ ਕੀ ਚਾਹੀਦਾ ਸਭ ਤੋਂ ਪਹਿਲੇ ਪ੍ਰੀਕਾਸ਼ਨ ਹੁਣ ਲੋਕਾਂ ਨੇ ਕੀ ਸੋਚਿਆ ਸੀਗਾ ਕਿ ਇੱਕ ਵਾਰ ਅਨਾਉਂਸਮੈਂਟ ਹੋ ਗਈ ਜੀ ਇੰਡੀਆ ਨੇ ਜਾਂ ਭਾਰਤ ਨੇ ਤਾਂ ਜਿੱਤ ਪਾਲੀ ਕਰੋਨਾ ਤੇ ਅਸੀਂ ਸਭ ਤੋਂ ਪਹਿਲੇ ਮਾਸਕ ਛੱਡੇ ਫਿਰ ਅਸੀਂ ਸੋਸ਼ਲ ਡਿਸਟੈਂਸਿੰਗ ਛੱਡੀ ਤੀਸਰਾ ਅਸੀਂ ਇਹ ਪਰਹੇਜ਼ ਕਰਨਾ ਛੱਡਤਾ ਕਿ ਅਸੀਂ ਕਿਤੇ ਜਾਣਾ ਹੈ ਅਸੀਂ ਗੈਦਰਿੰਗਸ ਕਰਨੀਆਂ ਸ਼ੁਰੂ ਕਰਤੀਆਂ ਵੀ ਜਿਵੇਂ ਸਾਨੂੰ ਇੰਡੀਅਨਸ ਨੂੰ ਆਦਤ ਹੈ ਚਲੋ ਖੁਸ਼ੀ ਮਨਾਣੀ ਚਾਹੀਦੀ ਹੈ ਬਟ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੀ ਇੱਕ ਖੁਸ਼ੀ ਨਾਲ ਕਿਸੇ ਦੇ ਘਰ ਚ ਮਾਤਮ ਨਾ ਚਲਾ ਜਾਏ ਤੇ ਪ੍ਰੀਕਾਸ਼ਨ ਬਹੁਤ ਜ਼ਰੂਰੀ ਹੈ ਅਸੀਂ ਮਾਸਕ ਨਾ ਪਾਈਏ ਤੇ ਗਲਤੀ ਸਾਡੀ ਹੈ ਅਸੀਂ ਖੁਦ ਤੇ ਕਰੋਨਾ ਦੇ ਖਤਰੇ ਚ ਹੈਗੇ ਆ ਸਪੋਜ਼ ਸਾਨੂੰ ਕਰੋਨਾ ਹੈ ਅਸੀਂ ਹੋਰ 10 ਬੰਦਿਆਂ ਨੂੰ ਖਤਰੇ ਚ ਪਾ ਰਹੇ ਹਾਂ ਤੋਂ ਮਾਸਕ ਸੈਨੀਟਾਈਜੇਸ਼ਨ ਸੋਸ਼ਲ ਡਿਸਟੈਂਸਿੰਗ ਇਹ ਤਿੰਨ ਚੀਜ਼ਾਂ ਪਲੀਜ਼ ਮੇਨਟੇਨ ਕਰੋ ਔਰ ਇਹਦੇ ਨਾਲ ਹੀ ਇਲਾਜ ਹੈ ਔਰ ਬਾਕੀ ਇਹ ਹੈ ਕਿ ਜੋ ਸਟ੍ਰੇਨ ਹੁਣ ਡਬਲ ਮਿਊਟੈਂਟ ਸਟੇਨ ਹੈ ਜਿਹਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਉਹ ਬਹੁਤ ਖਤਰਨਾਕ ਹੈ ਜੋ ਸਿੰਪਟਮ ਤੁਹਾਨੂੰ 15 ਦਿਨ ਬਾਅਦ ਆਉਂਦੇ ਸੀ ਹਫਤੇ ਬਾਅਦ ਆਉਂਦੇ ਸੀ ਪੁਰਾਣੇ ਕਰੋਨਾ ਚ ਉਹ ਤੁਹਾਨੂੰ 2-3 ਦਿਨਾਂ ਚ ਹੀ ਆ ਰਹੇ ਇਸੇ ਕਾਰਨ ਆਕਸੀਜਨ ਦੀ ਡਿ ਕੀ ਵੈਕਸੀਨ ਤੋਂ ਇਲਾਵਾ ਕਰੋਨਾ ਦਾ ਕੋਈ ਹੋਰ ਇਲਾਜ ਹੈ ਦੇਖੋ ਵੈਕਸੀਨ ਇੱਕ ਉਹ ਖੁਦ ਉਹੀ ਗੱਲ ਹੈ ਕਿ ਵੈਕਸੀਨ ਲਗਾਣਾ ਇਕ ਹੈ ਤਾਂ ਹੈ ਇਲਾਜ ਬਟ ਉਹ ਪ੍ਰੀਕਾਸ਼ਨ ਹੈ ਈਵਨ ਡਾਕਟਰਸ ਵੀ ਕਹਿ ਰਹੇ ਕਿ ਸ਼ੋਰ ਸ਼ਾਟ ਨਹੀਂ ਹੈ ਬਟ ਫਿਰ ਵੀ ਇੱਕ ਤੁਹਾਨੂੰ ਰੋਗ ਪ੍ਰਤੀਰੋਧਕ ਸ਼ਮਤਾ ਮਿਲਦੀ ਹੈ ਦੂਸਰਾ ਇਲਾਜ ਇਹ ਹੈ ਕਿ ਤੁਸੀਂ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ ਬਟ ਇਹ ਹੈ ਕਿ ਤੁਸੀਂ ਸਿਰਫ ਉਹਨਾਂ ਤੇ ਨਹੀਂ ਬਟ ਇਦਾਂ ਕਹਿ ਲਓ ਵੀ ਤੁਸੀਂ ਪੈਰਲਲ ਚਲਾਨੀਆਂ ਦੋਵੇਂ ਚੀਜ਼ਾਂ ਤੁਸੀਂ ਸਾਰੇ ਪਰਹੇਜ਼ ਕਰਨੇ ਆਂ ਔਰ ਕੁਝ ਤੁਸੀਂ ਆਪਣੀ ਇਮਿਊਨਿਟੀ ਤੇ ਕੰਮ ਕਰੋ ਕੁਝ ਆਪਣੀ ਅੰਦਰੂਨੀ ਤਾਕਤ ਤੇ ਕੰਮ ਕਰੋ ਜੋ ਤੁਹਾਨੂੰ ਕਾੜੇ ਬੋਲੇ ਜਾ ਰਹੇ ਬਟ ਇਹ ਨਹੀਂ ਕਿ ਤੁਸੀਂ ਅੰਦਾਜ਼ੂਨ ਸਾਰਾ ਦਿਨ ਕਾੜੇ ਪੀਂਦੇ ਰਹੋ ਹਰ ਚੀਜ਼ ਸੋਚ ਸਮਝ ਕੇ ਹਰ ਚੀਜ਼ ਬੈਲੈਂਸਡ ਕਰਨੀ ਚਾਹੀਦੀ ਹੈ ਅਗਰ ਤੁਹਾਨੂੰ ਉਹੀ ਮੈਂ ਕਹੂੰਗੀ ਕਿ ਤੁਸੀਂ ਇੱਕ ਵਾਰੀ ਡਾਕਟਰ ਨੂੰ ਜ਼ਰੂਰ ਪੁੱਛੋ ਡਾਕਟਰ ਜਿਸ ਤਰ੍ਹਾਂ ਦੀ ਤੁਹਾਨੂੰ ਸਹੀ ਸਲਾਹ ਦਿੰਦਾ ਹੈ ਇਹ ਹੈ ਕਿ ਅਗਰ ਸਪੋਜ਼ ਤੁਹਾਨੂੰ ਕਾੜਾ ਪੀਣ ਨੂੰ ਕਿਹਾ ਜਾਂਦਾ ਕਿੰਨੇ ਦਿਨ ਵਾਸਤੇ ਪੀਣਾ ਕਿੰਨੀ ਵਾਰੀ ਪੀਣਾ ਤੇ ਕਦੋਂ ਪੀਣਾ ਇਹ ਨਹੀਂ ਕਿ ਤੁਸੀਂ 10 ਦਿਨ ਬਿਲਕੁਲ ਕਾੜਾ ਹੀ ਪੀਂਦੇ ਰਹੇ ਤੇ ਤੁਹਾਡਾ 11ਵਾਂ ਦਿਨ ਪੇਟ ਐਸਾ ਖਰਾਬ ਹੋਇਆ ਕਿ ਤੁਸੀਂ ਕਰੋਨਾ ਦੀ ਵਜ੍ਹਾ ਨਾਲ ਨਹੀਂ ਪੇਟ ਖਰਾਬ ਦੀ ਹੋਣ ਦੀ ਵਜ੍ਹਾ ਨਾਲ ਹਸਪੀਟਲ ਪਹੁੰਚ ਗਏ ਤੇ ਫਿਰ ਕੋਈ ਹੋਰ ਕੋਈ ਇਲਾਜ ਹੋਵੇ ਵੈਕਸੀਨ ਤੋਂ ਇਲਾਵਾ ਕੀ ਫਿਰ ਜਿਕਰ ਵੈਕਸੀਨ ਵੀ ਤੁਸੀਂ ਮਿੱਤ ਤੁਸੀਂ ਜ਼ਿਕਰ ਕੀਤਾ ਤਾਂ ਫਿਰ ਕਦੋਂ ਤੱਕ ਇਹ ਇਦਾਂ ਚੱਲਦਾ ਰਹੂਗਾ ਕਿ ਬਿਮਾਰੀ ਤਾਂ ਫਿਰ ਤਾਂ ਜਾਣੀ ਨਹੀਂ ਹੈ ਕਿ ਹੋਰ ਇਲਾਜ ਹੋਵੇ ਕਿ छुटਕਾਰਾ ਪਾਇਆ ਜਾ ਸਕੇ ਕਰੋਨਾ ਤੋਂ ਦੇਖੋ ਕੋਸ਼ਿਸ਼ ਹਰ ਜਗ੍ਹਾ ਚੱਲ ਰਹੀ ਹੈ ਵੈਕਸੀਨ ਲੈ ਲਓ ਜਾਂ ਹੋਰ ਤਰ੍ਹਾਂ ਦੇ ਜਿੰਨੇ ਵੀ ਸਰਵੇ ਚੱਲ ਰਿਹਾ ਹੈ ਔਰ ਸਭ ਤੋਂ ਵਾਇਰਸ ਨਾਲ ਲੜਨ ਦਾ ਸਭ ਤੋਂ ਵੱਡਾ ਇਹ ਹੈ ਕਿ ਤੁਹਾਡੀ ਆਪਣੀ ਇਮਿਊਨਿਟੀ ਰੋਗ ਪ੍ਰਤੀਰੋਧਕ ਸ਼ਮਤਾ ਤੁਸੀਂ ਉਹਦੇ ਤੇ ਕੰਮ ਕਰੋ ਅਸੀਂ ਇਨਸਾਨਾਂ ਨੇ ਕੀ ਕੀਤਾ ਕਿ ਅਸੀਂ ਪਿਛਲੇ ਤੁਸੀਂ 10 ਸਾਲ ਦਾ ਲਗਾ ਲਓ ਜੋ ਜਿੰਨਾ ਫਾਸਟ ਫੂਡ ਅਸੀਂ ਖਾਦਾ ਹੈ ਜਾਂ ਜਿੰਨਾ ਨੁਕਸਾਨ ਅਸੀਂ ਆਪਣੀ ਪ੍ਰਕਿਰਤੀ ਨੂੰ ਪਹੁੰਚਾਇਆ ਹੈ ਔਰ ਅਲਟੀਮੇਟਲੀ ਉਹ ਸਾਡੇ ਤੇ ਹੀ ਆ ਰਿਹਾ ਠੀਕ ਹੈ ਨਾ ਤਾਂ ਅਸੀਂ ਕੀ ਕਰਦੇ ਹਾਂ ਅਸੀਂ ਬਿਲਕੁਲ ਆਪਣੇ ਆਸ-ਪਾਸ ਸਫਾਈ ਨਹੀਂ ਹੈ ਸਾਡੀ ਖੁਦ ਹੀ ਇਨੀ ਮੇਨਟੇਨੈਂਸ ਨਹੀਂ ਹੈ ਅਸੀਂ ওই ਫਾਸਟ ਫੂਡ ਖਾ ਲਿਆ ਸਾਡੀ ਬਾਡੀ ਇੱਕਦਮ ਜੇ ਛੋਟਾ ਜਿਹਾ ਅਟੈਕ ਵੀ ਹੁੰਦਾ ਨਾ ਤੇ ਉਹ ਸਾਡੀ ਇੱਕਦਮ ਕਯੋਸ ਹੋ ਜਾਂਦਾ ਹੁਣ ਜਿੱਦਾਂ ਡੇਂਗੂ ਐਗਜ਼ਾਮਪਲ ਹੈ ਡੇਂਗੂ ਫੈਲਦਾ ਡੇਂਗੂ ਨਾਲ ਮੌਤਾਂ ਹੋ ਜਾਂਦੀਆਂ ਚਿਕਨ ਮਤਲਬ ਸਾਡੇ ਚ ਇੱਕ ਦੀ ਨਹੀਂ ਬਚੀ ਤੋਂ ਇਹੀ ਹੈ ਕਿ ਵੈਕਸੀਨ ਦੇ ਨਾਲ ਨਾਲ ਰੋਗ ਪ੍ਰਤੀਰੋਧਕ ਸ਼ਮਤਾ ਤੇ ਕੰਮ ਕਰੋ ਕੋਈ ਜਿਵੇਂ ਹੁਣ ਖਾਸ ਕਰਕੇ ਬਿਮਾਰੀਆਂ ਦੀ ਦਰ ਦਰ ਦੇ ਵਿੱਚ ਕਾਫੀ ਵਾਧਾ ਹੋਇਆ ਤੁਸੀਂ ਇਸ ਨੂੰ ਕਾਰਨ ਕੀ ਮੰਨਦੇ ਹੋ ਜਿਵੇਂ ਕਿ ਆਹ ਜਾਂਦਾ ਕਿ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਜਿਨ੍ਹਾਂ ਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨਹੀਂ ਰਹੀ ਉਹਨਾਂ ਤੇ ਕਰੋਨਾ ਜਦਾਂ ਆਵੇਂ ਹੁੰਦਾ ਅਖਰ ਕਾਰਨ ਕੀ ਬਣਿਆ ਕਿ ਅੱਜ ਤੱਕ ਕੀ ਵਾਤਾਵਰਣ ਦੀ ਦਿੱਕਤ ਹੈ ਕੀ ਖਾਣ ਪਾਣ ਦੀ ਦਿੱਕਤ ਹੈ ਕੀ ਵੀ ਸਰੀਰ ਉਹ ਮਤਲਬ ਸਮਰੱਥਾ ਕਿਉਂ ਨਹੀਂ ਰਹੀ ਲੜਨ ਦੀ ਤੁਸੀਂ ਇਹ ਦੇਖੋ ਕਿ ਜੋ ਅਸੀਂ ਖਾਨ ਪੀਣ ਤੋਂ ਲੈ ਕੇ ਧਰਤੀ ਹਵਾ ਪਾਣੀ ਹਰ ਚੀਜ਼ 'ਚ ਸਾਡੇ 'ਚ ਮਿਲਾਵਟ ਆ ਰਹੀ ਹੈ ਹੁਣ ਤੁਸੀਂ ਇਹ ਦੇਖੋ ਕਿਸੇ ਨੂੰ ਤੁਸੀਂ ਪਾਣੀ ਪੁੱਛੋਗੇ ਤਾਂ ਉਹਦੀ ਬਜਾਏ ਉਹ ਬੰਦਾ ਕੋਕ ਪੀਣਾ ਪਸੰਦ ਕਰਦਾ ਹੈ ਜਾਂ ਉਹ ਜਿਹੜੇ ਬੋਟਲਡ ਜੂਸ ਆਉਂਦੇ ਆ ਉਹ ਕੀ ਹੈਗੇ ਉਹ ਨਹੀਂ ਰੀ ਖੰਡ ਹੈ ਠੀਕ ਹੈ ਨਾ ਤੁਸੀਂ ਇਹਨਾਂ ਚੀਜ਼ਾਂ ਤੇ ਦੇਖੋ ਕਿ ਤੁਸੀਂ ਆਪਣੇ ਸ਼ਰੀਰ 'ਚ ਜਾ ਕੇ ਰਿਹਾ ਸਿਰਫ ਖੰਡ ਤੁਹਾਨੂੰ ਕੋਈ ਫਾਇਦਾ ਨਹੀਂ ਕਰੇਗੀ ਇੱਕ ਬੈਲੈਂਸਡ ਚੀਜ਼ ਹੁੰਦੀ ਹੈ ਅਗਰ ਤੁਸੀਂ ਫਰੂਟ ਖਾਂਦੇ ਹੋ ਤੇ ਫਰੂਟ 'ਚ ਤੁਹਾਨੂੰ ਰਫੇਜ ਵੀ ਮਿਲਦੀ ਹੈ ਹੋ ਤੁਹਾਨੂੰ ਹੋਰ ਤਰ੍ਹਾਂ ਦੇ ਤੱਤ ਵੀ ਮਿਲਦੇ ਆ ਠੀਕ ਹੈ ਹੁਣ ਤੁਸੀਂ ਕੀ ਹੈ ਕਿ ਬੱਚੇ ਰੋਟੀ ਨਹੀਂ ਖਾਂਣਗੇ ਬੱਚੇ ਬ੍ਰੈਡ ਖਾ ਲਣਗੇ ਬ੍ਰੈਡ 'ਚ ਉਹ ਰਫੇਜ ਨਹੀਂ ਹੈ ਜੋ ਰੋਟੀ 'ਚ ਹੁੰਦੀ ਹੈ ਠੀਕ ਹੈ ਚੋਖਰ ਨਹੀਂ ਹੈਗਾ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਕੋਈ ਫਰੂਟ ਨਹੀਂ ਖਾਂਦਾ ਬੱਚੇ ਨੂੰ ਸਬਜ਼ੀ ਨਹੀਂ ਪਸੰ ये चीज़ा की है अल्टीमेटली तो अपना जीवन अच्छा जी लिया क्योंकि ताे पेरेंट्स ने तुम अच्छा फ्रूट ड्राई फ्रूट रोटी सब्जी पानी सब दिता है तुम अपने बच्चों का जिंदगी आप खराब कर रहे हो थोड़ा जहा कोशिश करो कि बच्ची डाइट पर फोकस करो और सैकेंड प्लीज मे मैं यही कहूँगी कि हर बंदा अगर एक पेड़ भी लगाए तो वह ध्यान रखे ना तो सा प्लैनट अपने आप ठीक हो जाएगा ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਜੀ ਸਾਡੇ ਨਾਲ ਜੁੜੇ ਦਰਸ਼ਕੋ ਇਹ ਸਾਨੂੰ ਸਾਡੇ ਨਾਲ ਆਯੁਰਵੈਦਿਕ ਨਾਲ ਸੰਬੰਧਿਤ ਡਾਕਟਰ ਅਨੁਭਵ ਜੀ ਇਹਨਾਂ ਨੇ ਕਹਿਣਾ ਕਿ ਜੇਕਰ ਅਸੀਂ ਆਪਣਾ ਇਮਿਊਨਿਟੀ ਸਿਸਟਮ ਠੀਕ ਕਰਨਾ ਤਾਂ ਸਾਨੂੰ ਵਾਤਾਵਰਣ ਦਾ ਸੰਭਾਲ ਰੱਖਣਾ ਸੰਭਾਲ ਰੱਖਣਾ ਜ਼ਰੂਰੀ ਹੈ ਇੱਕ ਦਰਖਤ ਲਾ ਕੇ ਕੇ ਪੇੜ ਲਾ ਕੇ ਸੰਭਾਲ ਕਰਨਾ ਜ਼ਰੂਰੀ ਹੈ ਵੈਸੇ ਵੀ ਹੁਣ ਜਿਵੇਂ ਇੱਕ ਸਾਲ ਤੋਂ ਤਦਾ ਸਮਾਂ ਹੋ ਗਿਆ ਕਰੋਨਾ ਨਾਲ ਲੜਦਿਆਂ ਨੇ ਉੱਥੋਂ ਕਿਤੇ ਨਾ ਕਿਤੇ ਇਹ ਗੱਲ ਸਿੱਖੀ ਹੈ ਕਿ ਵੀ ਕੁਦਰਤ ਨਾਲ ਜੁੜ ਕੇ ਰਹਿਣਾ ਹੀ ਜ਼ਿੰਦਗੀ ਜਿਉਣ ਦਾ ਸਲੀਕਾ ਨਾਲ ਕਿ ਜੋ ਅੱਜ ਦੀ ਭੱਜ ਦੌੜ ਦੀ ਲਾਈਫ ਬਣੀ ਹੋਈ ਹੈ ਕਿਤੇ ਨਾ ਕਿਤੇ ਇਹ ਉਹਨਾਂ ਕੁਦਰਤ ਪੀਣਾ ਵੀ ਲੱਗ ਤਾ ਇੱਕ